ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਅੱਜ ਨਾਭਾ ਪਹੁੰਚੇ। ਨਾਭਾ ਵਿਖੇ ਜੱਸਾ ਸਿੰਘ ਰਾਮਗੜੀਆ ਦੀ ਯਾਦ ਵਿੱਚ ਬਣੇ ਯਾਦਗਾਰੀ ਗੇਟ ਦਾ ਉਦਘਾਟਨ ਕਰਨ ਪਹੁੰਚੇ। ਇਸ ਮੌਕੇ ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਰਾਮਗੜੀਆ ਭਾਈਚਾਰੇ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਹੈ ਕਿ ਜੱਸਾ ਸਿੰਘ ਰਾਮਗੜੀਆ ਨੂੰ ਯਾਦ ਕੀਤਾ ਹੈ, ਬਣਾਏ ਗਏ ਗੇਟ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਤੇ ਸਪੀਕਰ ਨੂੰ ਜਦੋਂ ਪੰਜਾਬ ਦੇ ਰਾਜਪਾਲ ਬਾਰੇ ਪੁੱਛਿਆ ਤਾਂ ਉਹਨਾਂ ਦਾ ਕਹਿਣਾ ਕਿ ਪੰਜਾਬ ਦੇ ਸਿਰ 50,000 ਕਰੋੜ ਰੁਪਏ ਦਾ ਕਰਜ਼ਾ ਚੜਿਆ ਹੈ। ਸਪੀਕਰ ਨੇ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਜੇ ਪੰਜਾਬ ਸਿਰ ਕਰਜ਼ਾ ਚੜਿਆ ਹੈ ਤਾਂ ਵਿਕਾਸ ਵੀ ਹੋਇਆ ਹੈ। ਇਸ ਮੌਕੇ ਤੇ ਰਾਮਗੜੀਆ ਦੇ ਪ੍ਰਧਾਨ ਚਰਨ ਸਿੰਘ ਅਤੇ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਜਸਬੀਰ ਸਿੰਘ ਜੱਸੀ ਨੇ ਕਿਹਾ ਹੈ ਕਿ ਅਸੀਂ ਸਪੀਕਰ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨਾਭਾ ਪਹੁੰਚ ਕੇ ਗੇਟ ਦਾ ਉਦਘਾਟਨ ਕੀਤਾ ਹੈ। ਦੇਖੋ ਜੀ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਸੋ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਸਾਡੇ ਪੰਜਾਬ ਦੇ ਇਤਿਹਾਸ ਦਾ, ਸਿੱਖ ਇਤਿਹਾਸ ਦਾ ਇੱਕ ਸੁਨਹਿਰਾ ਮੀਲ ਪੱਥਰ ਹੈ। ਸੋ ਉਹਨਾਂ ਦੀ ਯਾਦ ਦੇ ਵਿੱਚ ਅੱਜ ਸਾਡੇ ਨਾਭਾ ਵਾਸੀਆਂ ਵੱਲੋਂ ਮਾਣਯੋਗ MLA ਸਾਹਿਬਾਨ ਹੋਰਾਂ ਦੀ ਅਗਵਾਈ ਦੇ ਵਿੱਚ ਇੱਕ ਯਾਦਗਾਰੀ ਗੇਟ ਦੀ ਉਸਾਰੀ ਕੀਤੀ ਗਈ ਹੈ, ਜਿਹੜਾ ਕਿ ਸਾਡੇ ਬੱਚਿਆਂ ਨੂੰ ਸਾਡੇ ਗੌਰਵਮਈ ਸਾਡੇ ਸੁਨਹਿਰੇ ਇਤਿਹਾਸ ਨਾਲ ਜੋੜਨ ਦਾ ਇੱਕ ਵਧੀਆ ਜ਼ਰੀਆ ਹੈ। ਸੋ ਇਹਦੇ ਲਈ ਮੈਂ ਇਹਨਾਂ ਦਾ ਧੰਨਵਾਦ ਕਰਦਾ, ਸਾਰਿਆਂ ਨੂੰ ਵਧਾਈ ਦਿੰਦਾ। ਦੇਖੋ ਜੀ, ਮੈਂ ਇੱਕ ਐਸੀ ਸੰਵਿਧਾਨਿਕ ਪੋਜੀਸ਼ਨ 'ਤੇ ਹਾਂ ਜਿੱਥੇ ਰਾਜਨੀਤਿਕ ਜਿਹੜੇ ਟੀਕਾ ਟਿੱਪਣੀ ਮੇਰੇ ਲਈ ਠੀਕ ਬਣਦੀ ਨਹੀਂ ਹੈ, ਪਰ ਜੇ ਕਿਸੇ ਗੱਲ ਲਈ ਕਰਜ਼ਾ ਹੋਇਆ ਤਾਂ ਡਿਵੈਲਪਮੈਂਟ ਵੀ ਹੋ ਰਹੀ ਹੈ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਫਤਿਹ। ਅੱਜ ਸਾਡੇ ਸਾਰਿਆਂ ਲਈ ਬਹੁਤ ਹੀ ਸ਼ੁਭ ਦਿਨ ਹੈ। ਅੱਜ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਇੱਕ ਸੁੰਦਰੀ ਗੇਟ ਦਾ ਉਦਘਾਟਨ ਕਰਨ ਆਏ ਨੇ। ਇਹ ਗੇਟ ਸਾਡੀ ਸਾਰੀ ਰਾਮਗੜੀਆ ਬਰਾਦਰੀ ਨੇ ਸਹਿਯੋਗ ਦੇ ਕੇ ਬਣਵਾਇਆ ਹੈ। ਜਿਹੜਾ ਗੇਟ ਅੱਜ ਮਹਾਰਾਜ ਜੱਸਾ ਸਿੰਘ ਰਾਮਗੜੀ ਯਾਦ ਨੂੰ ਦਰਸਾਉਂਦਾ ਹੈ, ਉਹਨਾਂ ਦੀਆਂ ਬੀਤੇ ਹੋਏ ਸਮੇਂ ਨੂੰ ਯਾਦ ਕਰਾਉਂਦਾ ਹੈ, ਅਤੇ ਸਾਡੇ ਜਿਹੜੇ ਬੱਚੇ ਨੇ ਉਹ ਅੱਗੇ ਨੂੰ ਇਹ ਤੋਂ ਸਿੱਖਿਆ ਲੈਣਗੇ ਵੀ ਮਹਾਰਾਜ ਜੱਸਾ ਸਿੰਘ ਰਾਮਗੜੀਆ ਪਹਿਲਾ ਸਰਦਾਰ ਹੈ, ਮਹਾਰਾਜਾ ਹੈ, ਜਿਨ੍ਹਾਂ ਨੇ ਸਿੱਖੀ ਨੂੰ ਪ੍ਰਫੁੱਲਿਤ ਕੀਤਾ। ਅਸੀਂ ਦੂਰੋਂ ਦੂਰੋਂ ਆਏ ਸਾਰਿਆਂ ਦਾ, ਮੀਡੀਆ ਵਾਲਿਆਂ ਦਾ, ਜੱਸੀ ਦਾ ਵਧੀਆ ਜਿਹੜਾ ਉਪਰਾਲਾ ਰਾਮਗੜੀਆ ਬਰਾਦਰੀ ਵੱਲੋਂ ਕੀਤਾ ਗਿਆ ਨਾਭਾ ਦੇ ਵਿੱਚ ਮਹਾਰਾਜ ਜੱਸਾ ਸਿੰਘ ਰਾਮਗੜੇ ਯਾਦ ਦੇ ਵਿੱਚ ਇੱਕ ਵੱਡਾ ਬਹੁਤ ਵਧੀਆ ਗੇਟ ਬਣਾਇਆ, ਅਤੇ ਇਹਦੇ ਲਈ ਮੈਂ ਸਾਰੇ ਭਾਈਚਾਰੇ ਨੂੰ ਵਧਾਈ ਦਿੰਦਾ। ਅਤੇ ਅੱਜ ਮਾਣਯੋਗ ਸਾਡੇ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਵਾ ਜੀ ਜਿਹੜੇ ਉਦਘਾਟਨ ਕਰਨ ਲਈ ਆਏ ਨੇ, ਅਤੇ ਮੈਂ ਸਮੁੱਚੇ ਭਾਈਚਾਰੇ ਨੂੰ ਵਧਾਈ ਦਿੰਦਾ ਅਤੇ ਨਾਲ ਹੀ ਇਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ, ਕਿਉਂਕਿ ਜੱਸਾ ਸਿੰਘ ਰਾਮਗੜੀਆ ਦਾ ਜਿਹੜਾ ਸਿੱਖ ਪੰਥ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ,